वेलकम बैक टू माय YouTube चैनल गाइस ਅੱਧੀ ਵੀਡੀਓ ਸਟਾਰਟ ਕਰਦੇ ਆ ਅੱਧੀ ਵੀਡੀਓ ਹੈਗੀ ਮੋਸਟ ਆਫ ਕਿਊ ਕਾਰਡ ਤੇ ਅੱਜ ਆਪਾਂ ਡਿਸਕਸ ਕਰਾਂਗੇ ਲੇਟੈਸਟ ਕਿਊ ਕਾਰਡਸ ਜੋ ਬੱਚਨ ਤੋਂ ਰਿਪੀਟਡ ਬੇਸਿਸ ਤੇ ਪੁੱਛੇ ਜਾ ਰਹੇ ਨੇ ਨਾਲ ਦੀ ਨਾਲ ਜੇ ਤੁਸੀਂ ਵੀ ਕਿਊ ਕਾਰਡਸ ਦੱਸ ਸਕਦੇ ਹੋ ਜਿਨ੍ਹਾਂ ਬੱਚਿਆਂ ਦੀ ਸਪੀਕਿੰਗ ਹੋਊਗੀ ਤਾਂ ਕਿ ਹੋਰ ਬੱਚਿਆਂ ਨੂੰ ਵੀ ਹੈਲਪ ਮਿਲ ਸਕੇ ਜੇ ਤੁਸੀਂ ਦੱਸ ਦੱਸ ਦੋਗੇ ਤਾਂ ਨਾਲ ਦੀ ਨਾਲ ਜੇ ਤੁਸੀਂ ਮੇਰੀ ਪਲੇਲਿਸਟ ਵੀ ਚੈੱਕ ਕਰ ਸਕਦੇ ਹੋ ਉਦੇ ਤੋਂ ਵੀ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਮਿਲੂਗੀ ਜੇ ਤੁਹਾਨੂੰ ਕਿਸੇ ਵੀ ਮੋਡਿਊਲ ਵਿੱਚ ਕੋਈ ਵੀ ਪ੍ਰੋਬਲਮ ਹੈਗੀ ਤੇ ਨਾਲ ਦੀ ਨਾਲ ਜੇ ਤੁਸੀਂ ਮੇਰੀ ਟਿਪਸ ਐਂਟ੍ਰਿਕਸ ਵਾਲੀ ਵੀਡੀਓਜ਼ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਜੋ ਤੁਹਾਨੂੰ ਐਗਜ਼ਾਮ ਤੋਂ ਪਹਿਲਾਂ ਯੂਜ਼ ਕਰਨੀਆਂ ਚਾਹੀਦੀਆਂ ਉਦੇ ਤੋਂ ਵੀ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਮਿਲੂਗੀ ਹੁਣ ਵੀਡੀਓ ਸਟਾਰਟ ਕਰਦੇ ਹੋਰ ਜ਼ਿਆਦਾ ਬੋਰ ਨਹੀਂ ਕਰਦੇਗੇ ਜਿੱਦਾਂ ਕਿ ਜੇ ਸਭ ਤੋਂ ਪਹਿਲਾਂ ਤਾਂ ਇੱਕ ਮੈਂ ਡਾਊਟ ਹੈ ਜੋ ਮੈਂ ਕਲੀਅਰ ਕਰਨਾ ਚਾਹੂੰਗੀ ਜਿੱਦਾਂ ਕਿ ਕਾਫੀ ਬੱਚੇ ਕਹਿੰਦੇ ਆ ਕਿ ਸਾਡੇ ਤੋਂ 15 ਟੂ 20 ਕੁਆ ਮਤਲਬ ਕਿ ਕੁਐਸ਼ਨਸ ਪੁੱਛੇ ਗਏ ਫਾਲੋਅ ਅਪਸ ਵਿੱਚ ਦਾ ਇੰਟਰੋਡਕਟਿਵ ਪਾਰਟ ਵਿੱਚ ਜਿੱਦਾਂ ਕਿ ਰਜੇ ਕਾਫੀ ਬੱਚੇ ਹੁੰਦੇ ਆ ਆਪਾਂ ਯੈਸ অর ਨੋ ਚ ਆਨਸਰ ਲਿਖ ਕੇ ਖਤਮ ਕਰ ਦਿੰਨੇ ਆ ਮਤਲਬ ਬੋਲ ਕੇ ਖਤਮ ਕਰ ਦਿੰਨੇ ਬਟ ਆਪਾਂ ਵਾਈ ਦਾ ਤਾਂ ਰੀਜ਼ਨ ਦਿੰਦੇ ਨੇ ਕਿ ਹਾਂ ਉਹ ਰੀਜ਼ਨ ਉਹਦੇ ਪਿੱਛੇ ਕਾਰਨ ਕਿ ਉਹ ਚੀਜ਼ ਮੈਂ ਕਿਉਂ ਮੈਨੂੰ ਕਿਉਂ ਪਸੰਦ ਆ ਜੋ ਚੀਜ਼ ਮੈਂ ਕਿਉਂ ਨਹੀਂ ਕਰਦਾ ਉਹ ਰੀਜ਼ਨ ਦੇਣਾ ਜ਼ਰੂਰੀ ਹੁੰਦਾ ਹੈ ਤੋ ਰੀਜ਼ਨ ਦੋਗੇ ਤਾਂ ਐਗਜ਼ਾਮੀਨਰ ਸੋਡੀ ਤੋਂ ਬਾਰ-ਬਾਰ ਵਾਈ ਕੁਐਸ਼ਨ ਨਹੀਂ ਪੁੱਛੂਗਾ ਤੋ ਪ੍ਰੋਪਰ ਤਰੀਕੇ ਨਾਲ ਆਨਸਰ ਨੂੰ ਐਕਸਪਲੇਨ ਕਰਿਆ ਕਰੋ ਜਿੱਦਾਂ ਕਿ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਪਹਿਲਾਂ ਇੰਟਰੋਡਕਟਿਵ ਪਾਰਟ ਨੂੰ ਮੂਵ ਔਨ ਕਰਦੇ ਹਾਂ ਇੰਟਰੋਡਕਟਿਵ ਪਾਰਟ 'ਚ ਕੁਐਸਚਨ ਪੁੱਛੇ ਗਏ ਸੀ ਬ੍ਰੇਕ ਹੈਪੀਨੈਸ ਰੈਕਸੇਸ਼ਨ ਤੇ ਉਦੋਂ ਬਾਅਦ ਕਿਊ ਕਾਰਡ ਸੀਗਾ ਡਿਸਕ੍ਰਾਈਬ ਅ ਸਕਿੱਲ ਯੂ ਵੁੱਡ ਲਾਈਕ ਟੂ ਟੀਚ ਇਨ ਫਿਊਚਰ ਉਦੋਂ ਬਾਅਦ ਹੈ ਕਿਊ ਕਾਰਡ ਸੀ ਡਿਸਕ੍ਰਾਈਬ ਐਕਟੀਵਿਟੀ ਆਫਟਰ ਵਰਕ ਆਫਟਰ ਸਕੂਲ ਔਰ ਵਰਕ ਉਦੋਂ ਬਾਅਦ ਜੋ ਕਿਊ ਕਾਰਡ ਸੀਗਾ ਇੰਟਰੋਡਕਟਿਵ ਪਾਰਟ ਸੀ ਹੋਮ ਕਮੋਡੀਸ਼ਨ ਵਾਚਿੰਗ ਸ਼ੋਜ਼ ਔਨ ਟੀਵੀ ਔਰ ਔਰ ਮੋਬਾਈਲ ਫੋਨ ਡਿਸਕ੍ਰਾਈਬ ਯੂ ਫੇਵਰਿਟ ਵੈਦਰ ਇੱਕ ਕਯੂ ਕਾਰਡ ਪੁੱਛਿਆ ਗਿਆ ਸੀਗਾ ਜਿੱਦਾਂ ਕਿ ਜੇ ਅਪਾ ਅੱਗੇ ਮੂਵ ਔਨ ਕਰਦੇ ਆ ਅੱਗੇ ਜਿਹੜਾ ਕਯੂ ਕਾਰਡ ਬਚਿਆ ਦਰਪੇਟੇ ਬੇਸਿਸ ਤੇ ਪੁੱਛਿਆ ਜਾ ਰਿਹਾ ਹੈ ਦ ਡ੍ਰੀਮ ਜੌਬ ਯੂ ਵਾਂਟ ਟੂ ਡੂ ਇਨ ਫਿਊਚਰ ਇਹਦੇ ਰਿਲੇਟਡ ਫਾਲੋਅ ਅਪਸ ਪੁੱਛੇ ਗਏ ਸੀ ਦ ਜੌਬ ਐਂਡ ਕਰੀਅਰ ਗ੍ਰੋਥ ਐਂਡ ਟੈਕਨੋਲੋਜੀ ਇਹਦੇ ਰਿਲੇਟਡ ਫਾਲੋਅ ਅਪਸ ਪੁੱਛੇ ਗਏ ਸੀਗੇ ਤੇ ਉਦੋਂ ਬਾਅਦ ਜੋ ਕਯੂ ਕਾਰਡ ਪੁੱਛਿਆ ਗਿਆ ਸੀ ਅ ਪਜ਼ਲ ਗੇਮ ਦੈਟ ਯੂ ਇੰਜੋਏ ਉਦੋਂ ਬਾਅਦ ਜੋ ਕਯੂ ਕਾਰਡ ਪੁੱਛਿਆ ਗਿਆ ਸੀ ਰਜੋ ਉਹ ਸੀਗਾ ਜਿੱਦਕਿ ਜੇ ਪਹਿਲਾਂ ਤਾਂ ਇੰਟਰੋਡਕਟਰੀ ਪਾਰਟ ਵਿੱਚ ਕੁਐਸਚਨ ਪੁੱਛੇ ਗਏ ਸੀ ਵੇਅਰ 杜 ਯੂ ਲਿਵ ਵੇਅਰ 杜 ਯੂ ਲਿਵ ਸਟੂਡੈਂਟ অর ਵਰਕ ਇਹ ਸਾਰੇ ਫਾਲੋਅ ਅਪਸ ਜੋ ਹਰ ਇੱਕ ਬੱਚੇ ਤੋਂ ਪੁੱਛੇ ਜਾਂਦੇ ਨੇ ਜਿੱਦਕਿ ਉਦੋਂ ਬਾਅਦ ਆਇਆ ਸੀ ਕਿਊ ਕਾਰਡ ਆ ਆਰਟੀਕਲ ਔਨ ਹੈਲਥ ਯੂ ਰੀਡ ਇਨ ਇੰਟਰਨੈਟ অর ਮੈਗਜ਼ੀਨ ਇਹ ਕਿਊ ਕਾਰਡ ਆਇਆ ਸੀ ਉਦੋਂ ਬਾਅਦ ਰਜੇ ਇਹ ਬੱਚੇ ਨੇ ਉਦੋਂ ਬਾਅਦ ਅੱਗੇ ਦੱਸਿਆ ਇਹ ਇੱਕ ਹੋਰ ਬੱਚ ਨੇ ਦ ਪਲੇਸ ਯੂ ਫਾਈਂਡ ਕਵਾਇਟ ਤੇ ਇਹਦੇ ਫਰਸਟ ਫਾਲੋਅ ਅਪਸ ਫਾਲੋਅ ਅਪਸ ਜੋ ਪੁੱਛੇ ਗਏ ਸੀਗੇ how aldo find peace and questions about how you find peace and various questions about it a1 hub q card related follow ups bachche to puche gaye sige jidda ki ide ਅਹੀਂ ਬੱਚੇਦੋ ਇੰਟਰੋਡਕਟਿਵ ਪਾਰਟ ਵਿੱਚ ਕੁਐਸਚਨ ਪੁੱਛੇ ਗਏ ਸੀ ਜੋ ਕਿ ਸੀ ਅਬਾਊਟ ਵਰਕ ਡਿਫਰੈਂਟ ਕਲੋਸਡ ਐਂਡ ਬਾਰਬੀਕਿਊ ਇਹ ਕੁਐਸਚਨ ਪੁੱਛੇ ਗਏ ਸੀ ਰਜੇ ਇਹ ਸਾਰੇ ਕੁਐਸਚਨ ਸੀਗੇ ਜੋ ਬੱਚੇਦੋ ਬੀਟੇ ਵੈਸੇ ਇਸ ਤੇ ਪੁੱਛੇ ਜਾ ਰਹੇ ਸੀਗੇ ਆਈ ਹੋਪ ਤੁਹਾਨੂੰ ਵੀਡੀਓ ਹੈਲਪਫੁਲ ਲੱਗੀ ਹੋਗੀ ਜੇ ਰਜੇ ਵੀਡੀਓ ਹੈਲਪਫੁਲ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਐਂਡ ਥੈਂਕ ਯੂ ਫਾਰ ਵਾਚਿੰਗ